10:45 ਤੇ ਮੰਮਾ ਕਿੱਦਾਂ ਫਿਰ? ਹੁਣ ਹੋਏ ਨੇ 10:45 ਤੇ ਕਿਹਦੇ ਕਹਦੇ ਮੰਮਾ ਫਿਰ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਵਲੌਗ 'ਚ, ਨਿਊ ਵਲੌਗ 'ਚ। ਹੁਣ ਆਪਾਂ ਚੱਲੇ ਸੀਗੇ ਕੋਠੇ ਕੱਪੜੇ ਸੁੱਕਣੇ ਪਾਉਣ, ਹੈ ਨਾ? ਦਾਦੀ ਅੰਦਰ ਪਾਠ ਕਰਦੇ ਪਏ ਨੇ, ਇੱਥੇ ਦੁੱਧ ਗਰਮ ਰੱਖ ਦਿੱਤਾ ਆ। ਅੱਜ ਆਪਾਂ ਜਾਣਾ ਵੀ ਆ ਕਿਤੇ, ਹੈ ਨਾ? ਦੁੱਧ ਗਰਮ ਰੱਖ ਦਿੱਤਾ ਆ, ਦੁੱਧ ਸਿਮ ਤੇ ਰੱਖ ਦਿੱਤਾ ਆ। ਚਲੋ ਚੱਲੀਏ ਫਿਰ ਆਪਾਂ, ਆਪਾਂ ਕੱਪੜੇ ਸੁੱਕਣੇ ਪਾਏ ਜੀ। ਚਲੋ ਚੱਲੀਏ ਫਿਰ ਆਪਾਂ, ਹੁਣ ਪਿਆਰ ਨਾਲ ਕੰਮ ਬਣਾ ਦੇਣ ਵੀ। ਚਲੋ ਮੈਂ ਚੱਲਦੀ ਪਹਿਲੇ। ਹਰਮਨ ਤੇ ਪਾਪਾ ਕਿੱਥੇ ਗਏ ਨੇ? ਦੁਕਾਨੇ ਗਏ ਨੇ। ਆਪਾਂ ਚੱਲਦੇ ਕੋਠੇ। ਟੋਕਰੀ ਉਹ ਪਹਿਲੇ ਰੱਖ ਗਈ ਸੀ ਕੋਠੇ ਤੇ, ਹੁਣ ਆਪਾਂ ਮੌਸਮ ਦਿਖਾਈਏ ਕਿਤੇ ਦਾ ਤੇ ਘੈਂਟ ਆ ਮੌਸਮ, ਘੈਂਟ ਹੈ ਕਿੱਦਾਂ। ਆਪਾਂ ਜਾਣਾ ਵੀ ਆ, ਅੱਜ ਆਪਾਂ ਆਪਣੀ ਗੱਡੀ 'ਚ ਜਾਵਾਂਗੇ। ਆਪਣੀ ਗੱਡੀ 'ਚ ਜ਼ਿਆਦਾ ਮਜ਼ਾ ਆਉਂਦਾ ਵੈਸੇ ਯਾਰ, ਪੂਜਣ ਦੀ ਗੱਡੀ ਵਧੀਆ ਸੀਗੀ। ਹੁਣ ਕੱਪੜੇ ਕੁੜੇ ਸੁੱਕਣੇ ਪਾ ਲਏ, ਫਿਰ ਤਿਆਰ ਹੋ ਕੇ ਮਿਲਦੇ ਜੀ। ਆਪਾਂ ਹੋ ਗਏ ਤਿਆਰ, ਟਾਈਮ ਹੋ ਗਿਆ 1, ਜਾਣਾ ਜੀ 12:30 ਵਜੇ। ਘਰ ਕੋਈ ਆ ਗਿਆ ਅਤੇ ਜਿਹਦੀ ਵਜ੍ਹਾ ਨਾਲ ਹੋ ਗਏ ਸਾਰੇ ਲੇਟ। ਹਾਂਜੀ ਹੋ ਗਿਆ ਰੈਡੀ, ਮੈਂ ਘਰ ਆ ਗਿਆ ਕੋਈ ਅਤੇ ਜਿਹਦੀ ਵਜ੍ਹਾ ਨਾਲ ਹੋ ਗਏ ਲੇਟ। 12:30 ਜਾਣਾ ਸੀਗਾ ਅਤੇ ਉਹਦੀ ਵਜ੍ਹਾ ਨਾਲ ਹੋ ਗਿਆ ਹੁਣ ਲੇਟ। ਹਾਂਜੀ ਤੁਸੀਂ? ਅੱਛਾ ਉਹ ਫੋਨ ਲੱਗੀ ਹੁਣ, ਪਹਿਲਾਂ ਪੈਂਟ ਸ਼ਰਟ ਪਾਈ ਉਹ ਵੀ ਸੀ ਸੀਗੀ, ਵੀ ਕਹਿੰਦੀ ਆਹ ਪਾਲਾ, ਮੈਂ ਕਿਹਾ ਇਹ ਪਾਲਾ ਜ਼ਿਆਦਾ ਵਧੀਆ ਲੱਗਦਾ। ਅਤੇ ਚਲੋ ਹਾਂ ਉਹ ਤਿਆਰ ਫਿਰ ਦੇਖਦੇ ਹਾਂ। ਹਾਂਜੀ ਹੋ ਗਿਆ ਤਿਆਰ, ਚਲੋ ਹਾਂ ਨਵਾਂ ਸੂਟ ਜਿਹੜਾ ਕੱਲ੍ਹ ਸੀਤਾ ਨਾ, ਕੱਲ੍ਹ ਸੀਤਾ ਨਾ ਇਹ ਤੇਰਾ ਵੀ ਹੋ ਗਿਆ ਬਸ, ਤੂੰ ਸਿਰ ਵਾਹਣਾ ਹੁਣ ਗੱਲਾਂ ਬਲਕ। ਚਲੋ ਉਹ ਇੱਧਰ ਉੱਧਰ ਦੇ ਕੇ ਆਉਂਦੇ ਹਾਂ ਮਾਤਾ ਨੂੰ, ਮਾਤਾ ਹੋ ਗਏ ਤਿਆਰ ਕਿ ਨਹੀਂ। ਉਹ ਤੂੰ ਤਿਆਰ ਆ? ਦਾਦੀ ਦਾਦੀ ਸੂਟ ਬਦਲਦੇ ਪਏ ਆ, ਚਲੋ ਦਾਦੀ ਵੀ ਰੈਡੀ ਹੋ ਚੱਲੇ ਆ ਬਸ ਫਿਰ ਤੇ ਹੈਂ ਹੋਰ ਚੱਲੀਏ। ਹਾਂਜੀ ਮਾਂ ਹੋ ਗਿਆ ਰੈਡੀ? ਚਲੋ ਠੀਕ ਆ ਜੀ, ਉਹ ਵੀ ਰੈਡੀ ਹੋ ਗਏ, ਤੂੰ ਵੀ ਬੋਲੋ ਰੈਡੀ ਹੋ ਗਈ? ਹਾਂਜੀ ਤੁਸੀਂ ਵੀ ਹੋ ਗਏ, ਚਲੋ ਆਓ ਫਿਰ ਚੱਲੀਏ ਹੁਣ। ਚਲੋ ਜੀ ਹੋਰ ਹੋਰ ਸਾਰੇ ਰੈਡੀ ਆ ਤੇ ਆਜੋ ਹੁਣ, ਮੈਂ ਕਰਦਾ ਗੱਡੀ ਸਟਾਰਟ ਤੇ ਫੋਨ ਲੈ ਆਈਓ ਬਲਕਾ ਵਾਲਾ ਅਲਹਾੜ ਫਲ ਫੋਨ ਫੜ। ਹੁਣ ਆਪਾਂ ਚੱਲੇ ਆ ਗੱਡੀ 'ਚ ਬਹਿਣ, ਆਪਣੀ ਆਪਣੀ ਗੱਡੀ 'ਚ, ਆਪਣੀ ਗੱਡੀ, ਆਪਣੀ ਗੱਡੀ ਹੋ ਗਈ ਕੀ ਹੋਏ, ਮੈਂ ਬਹਿਣਾ ਮੋਰੇ। ਤੁਸੀਂ ਬੈਠ ਜਾਓ ਮੈਡਮ, ਨਹੀਂ ਨਹੀਂ ਬੈਠ ਬੈਠ ਤੂੰ ਬੈਠ, ਕੋਈ ਚਲਾ ਜਾ ਮੰਮੀ ਉੱਤੇ। ਨਹੀਂ ਉਹ ਉੱਥੇ ਖੜੀ ਸੀਗੀ, ਉੱਥੇ ਵੀ ਧੁੱਪ ਆ ਗਈ ਬਾਅਦ ਚੋਂ, ਹੁਣੇ ਬੈਕ ਕੀਤੀ ਮੈਂ, ਉਹ ਪਤਾ ਨਹੀਂ ਸੀ ਨਾ ਪਹਿਲਾਂ ਪਹਿਲਾਂ ਉੱਥੇ ਕੀਤੀ, ਉੱਥੇ ਧੁੱਪ ਸੀਗੀ, ਉੱਥੇ ਛਾਂ ਸੀਗੀ, ਉੱਥੇ ਖੜੀ ਕੀਤੀ ਜੀ, ਉੱਥੇ ਵੀ ਧੁੱਪ ਆ ਗਈ, ਫਿਰ ਹੁਣ ਇੱਥੇ ਲਿਆ ਕੇ ਤੇ ਹੁਣ ਏਸੀ ਲਾਇਆ। ਪਾਪਾ ਕੀ ਨੋਟਿਸ ਕੀਤੀ? ਬੋਲਦੇ ਆ ਪੱਲੂ ਵਾਲੀ ਮਾੜੀ ਸੀਟ ਅੱਗੇ ਕਰੋ ਕਰਦਾ। ਦਾਦੀ ਬਣੀ ਆ ਹਰਾ ਬਗੀਚਾ, ਅੱਜ ਉਹਨਾਂ ਜਾਣੇ ਬੜੀਆਂ ਪੀਲੇ ਪੁੰਡ, ਆਪ ਤਾਂ ਨਹੀਂ ਬਣਿਆ ਕਾਲੇ ਪੁੰਡ। ਲੋਗੇ ਆਪਾਂ ਪਹੁੰਚ ਚੁੱਕੇ ਆ, ਪਾਰਕਿੰਗ ਪੂਰੀ ਫੁੱਲ ਆ ਗੁਰਦੁਆਰਾ ਸਾਹਿਬ
ਤੇ ਇੱਧਰ ਪੁਰਾਣਾ ਗੁਰਦੁਆਰਾ ਸਾਹਿਬ ਆ ਤੇ ਇੱਧਰ ਨਵਾਂ ਗੁਰਦੁਆਰਾ ਸਾਹਿਬ ਤੁਹਾਨੂੰ ਦਿਖਾਉਂਦੇ ਹਾਂ ਉਹ ਆਪਣੇ ਘਰ ਦੇ ਅਤੇ ਮਿਲਦੇ ਤੁਹਾਨੂੰ ਉਹ ਦੇਖੋ ਨਵਾਂ ਗੁਰਦੁਆਰਾ ਸਾਹਿਬ ਅਤੇ ਆਪਣੇ ਘਰ ਦੇ ਜਾਣ ਦੇ ਜੋੜਾ ਘਰ ਇੱਧਰ ਹੀ ਆ ਅਤੇ ਗੁਰਦੁਆਰਾ ਸਾਹਿਬ ਇੱਧਰ ਅਤੇ ਲੰਗਰ ਹਾਲ ਉੱਧਰ ਆ ਐਂਟਰੀ ਦੇ ਇੱਧਰੋਂ ਕੜਾ ਪ੍ਰਸ਼ਾਦ ਲੈ ਕੇ ਅਤੇ ਫਿਰ ਜਾ ਸਕਦੇ ਹਾਂ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਆ ਅਤੇ ਹੁਣ ਆਪਾਂ ਚੱਲੇ ਹਾਂ ਲੰਗਰ ਖਾਣ ਦੇ ਛਿਪਕਲੀ ਲੱਭੀ ਲੰਗਰ ਹਾਲ ਉਹੀ ਪੁਰਾਣਾ ਆ ਇਹ ਨਵਾਂ ਬਣਨਾ ਆ ਵਾਪਸੀ ਅਤੇ ਗੁਰਦੁਆਰਾ ਸਾਹਿਬ ਸਾਨੂੰ ਬਹੁਤ ਸੋਹਣਾ ਲੱਗਾ ਬਾਕੀ ਘਰਦਿਆਂ ਨੂੰ ਪੁੱਛਦੇ ਹਾਂ ਕਿੱਦਾਂ ਦਾ ਲੱਗਾ ਗੁਰਦੁਆਰਾ ਸਾਹਿਬ ਖੁੱਲ੍ਹਾ ਬਹੁਤ ਜ਼ਿਆਦਾ ਬਹੁਤ ਵਧੀਆ ਖੁੱਲ੍ਹਾ ਡੁੱਲਾ ਇੱਕਦਮ ਜਿੰਨੀ ਮਰਜ਼ੀ ਸੰਗਤ ਆ ਜਾਵੇ ਕੋਈ ਰਸ਼ ਨਹੀਂ ਪੈਂਦਾ ਹੈਗਾ ਤੂੰ ਕਹਿਣਾ ਵਧੀਆ ਸੀਗਾ ਗਰਮੀ ਬਹੁਤ ਗਰਮੀ ਤਾਂ ਚਲੋ ਹੁਣ ਹੈਗੀ ਆ ਇੱਧਰ ਇੱਧਰੋਂ ਪੁਰਾਣਾ ਗੁਰਦੁਆਰਾ ਸਾਹਿਬ ਸੀਗਾ ਹਾਂ ਇਹ ਹੁਣ ਮੈਨੂੰ ਪਤਾ ਕੀ ਲੱਗਦਾ ਆ ਇਹ ਹੁਣ ਗੁਰਦੁਆਰਾ ਸਾਹਿਬ ਸਾਰਾ ਨਾ ਇਧਰਲੇ ਪਾਸਿਓਂ ਸ਼ਾਇਦ ਲੰਗਰ ਹਾਲ ਬਣਾਉਣਗੇ ਸਾਰਾ ਲੰਗਰ ਹਾਲ ਬਣਾਉਗੇ ਕਿਉਂਕਿ ਲੰਗਰ ਹਾਲ ਤਾਂ ਹਜੇ ਪੁਰਾਣਾ ਹੀ ਸੀ ਨਾ ਲੰਗਰ ਹਾਲ ਪੁਰਾਣਾ ਹੀ ਸੀ ਹਜੇ
ਤੇ ਹੁਣ ਇਧਰਲਾ ਏਰੀਆ ਹੈ ਨਾ, ਫਿਰ ਲੰਗਰ ਨਾਲ ਵਧੀਆ ਖੁੱਲਾ ਡੁੱਲਾ ਇੱਕਦਮ ਬਣਾਉਣ ਗਏ। ਇੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਨਾ ਇਹਨਾਂ ਨੇ, ਬਹੁਤ ਕਿਤੇ ਮਨ ਖੁਸ਼ ਹੋ ਗਿਆ ਦੇਖ ਕੇ। ਦੋਨੋ ਬ੍ਰਿਕਸ਼ਾਂ ਜੁੜੇ ਆ ਤੇ ਏਦਾਂ ਲੱਗਦਾ ਅੱਛਾ ਅੱਜ ਦਾ ਲਾਗੇ ਆ ਗਿਆ ਨਾ ਤੇ ਘੱਟ ਲੱਗਦਾ ਆ, ਬਹੁਤ ਹੀ ਵਧੀਆ ਲੱਗਦਾ ਗੇਟ ਬਣਿਆ। ਪਹੁੰਚ ਗਿਆ ਆਪਾਂ ਘਰੇ, ਗੁਰਦੁਆਰਾ ਸਾਹਿਬ ਤੋਂ ਆ ਗਏ ਆ ਤੇ ਸਾਨੂੰ ਰਸਤੇ ਚ ਕਿਤੇ ਆਈਸਕ੍ਰੀਮ ਨਹੀਂ ਮਿਲੀ ਅੱਜ। ਤੂੰਡੀਆਂ ਲਾ ਲਾ ਕੰਨਾਂ ਚ ਭਰਾ, ਮੈਂ ਬੋਲੀ ਜਾਂਦਾ ਤੈਨੂੰ ਕੁਛ ਸੁਣਦਾ ਨੀ, ਕੁਛ ਨੀ। ਆਪਣੀ ਬਹੁ ਆਪਣੀ ਆਪਣੀ ਖਾਧੀ ਸੀਗੀ ਜੋ ਤੁਸੀਂ ਘਰ ਹੁੰਦੇ ਹਮੇਸ਼ਾ ਉਦੋਂ ਖਾਂਦੀ ਆ, ਕਦੇ ਪਿੱਛੋਂ ਨੀ ਪਿੱਛੋਂ ਖਾਏ ਨੀ ਹੁੰਦੀ, ਤੁਸੀਂ ਉਹ ਆ ਜਾਂਦੇ ਪ੍ਰਗਟ ਹੋ ਜਾਂਦੇ ਆ, ਉਦੋਂ ਮੰਮੀ ਉਦੋਂ ਹੀ ਆ ਜਾਂਦੇ ਆ ਜਦੋਂ ਮੈਂ ਖਾਣ ਲੱਗ ਪਈ ਆ, ਜਦੋਂ ਮੈਂ ਖਾ ਤੁਸੀਂ ਉਦੋਂ ਆਉਂਦੇ ਹੋ। ਚਲੋ ਠੀਕ ਆ ਜੀ, ਆ ਕੀ ਬਣਾਉਣਾ ਜੀ ਅੱਜ? ਮੈਗੀ। ਨਹੀਂ ਨਹੀਂ ਰਾਤ ਨੂੰ ਅਸੀਂ ਕੀ ਖਾਣਾ? ਕਿਹੜੀ ਬੜੀ? ਬੜੀਆਂ ਮੋਟੀ ਵਾਲੀ ਬੜੀ ਨਹੀਂ, ਮਾਂ ਦੀ ਬੜੀ, ਮਾਂ ਦੀ ਬੜੀ ਉਹ ਬਣਾਉਣੀ, ਉਹਦੀ ਸਬਜ਼ੀ ਬਣਾਉਣੀ, ਨਿਊਟਰੀ ਉਹ ਨਹੀਂ ਉਹ। ਚਲੋ ਬਣਾਓ ਬਣਾਓ, ਖਾ ਲਾਂਗੇ ਕੋਈ ਨਹੀਂ, ਮਾਂ ਦੀ ਬੜੀ ਖਾ ਲਾਂਗੇ। ਫੱਟੀ ਹੋ ਗਈ ਨੇ ਇੱਥੇ, ਮੈਂ ਪੜ੍ਹਦੀ ਪਈ ਸੀ ਤੇ ਪਾਪਾ ਚੱਲ ਗਏ ਦੁਕਾਨ ਨੇ, ਮੰਮਾ ਨੂੰ ਵੇਖਦੇ ਹੁਣ ਕੀ ਕਰਦੇ ਪਏ ਨੇ, ਮੈਂ ਤਾਂ ਪੜ੍ਹ ਰਹੀ ਸੀ। ਮੰਮਾ ਕੀ ਕਰਦੇ ਹੋ? ਮੰਮਾ ਕੀ ਕਰਦੇ ਹੋ? ਫਿਰ ਭੂਈ ਨਾਲ ਲੱਗੇ ਰਹਿੰਦੇ ਹੋ, ਕੰਮ ਵੀ ਕਰ ਲਿਆ ਕਰੋ, ਕੰਮ ਵੀ ਕਰ ਲਿਆ ਕਰੋ, ਕੰਮ ਦਾਦੀ ਕਰਦੀ ਰਹਿੰਦੀ ਆ। ਵਲੋਗਰ ਨੇ ਇਹ ਕਹਿਣਾ ਕੰਮ ਦਾਦੀ ਕਰਦੀ ਰਹਿੰਦੀ ਆ, ਖਰੀਦ ਕਰੇ ਕਰ ਹੀ ਲਿਆ ਕਰੋ ਕੰਮ, ਇਹ ਕੋਈ ਤਾਂ ਕਰਦਾ ਹੈ ਕੰਮ। ਹਾਂ ਆ ਤੂੰ ਕਰਦਾ, ਇਹਨੂੰ ਤਾਂ ਵੀਡੀਓ ਦੇਖਣ ਦਾ ਕੰਮ ਦਿੰਦੀ ਆ ਨਾ, ਭੁੱਖੇ ਤਾਂ ਰਹਿਦਾ। ਮੈਂ ਤਾਂ ਕਿਹਾ ਵਲੋਗ ਦੇਖਣ ਵਾਲਾ ਨਹੀਂ ਤਾਂ ਕਹਿਣਾ, ਕਹਿੰਦੀ ਵਲੋਗ ਦੇਖਣ ਵਾਲੇ ਨੇ ਕਹਿਣਾ ਦਾਦੀ ਕੰਮ ਕਰਦੀ, ਉਹ ਵੀ ਬੈਠੀ ਕੰਮ ਕਰਦੀ ਰਹਿੰਦੀ। ਕਰੋ ਮਮਾ ਬੜਿਆ ਕਰੀਓ, ਔਨ ਸਪੀਕਰ ਔਨ ਕਰਿਓ। ਕੀ ਲੈਵਲ? ਹੈਲੋ ਬੋਈ, ਹੈਲੋ ਬੋਈ, ਪਲੂਈ
ਪੂਈ ਬਲੂਈ ਪੂਈ ਵਲੌਗ ਬਣਦਾ ਹੈਲੋ ਕਹਿ ਦੋ ਕਹਿੰਦੀ ਪੂਈ ਵਲੌਗ ਬਣਦਾ ਹੈਲੋ ਕਹਿ ਦੋ ਹੈਲੋ ਹੈਲੋ ਫ੍ਰੈਂਡ ਚਾਹ ਪੀ ਲੋ ਤੁਸੀਂ ਕਰ ਲਓ ਗੱਲ ਮੈਂ ਪੜ੍ਹਨਾ ਆ ਸਿੱਖੀ ਕਿਹੜਾ ਮੈਨੂੰ ਤੰਗ ਨਾ ਕਰਨਾ ਆਇਓ ਅੰਦਰ ਕੋਈ ਵੀ ਮੈਂ ਪੜੂੰਗੀ ਕੱਲ ਮੇਰਾ SSC ਦਾ ਐਗਜ਼ਾਮ ਹੁਣ ਮੈਂ ਪੜੂੰਗੀ ਹੋ ਗਏ ਨੇ 7:30 ਅਤੇ ਮੈਂ ਮੰਮਾ ਨੂੰ ਸੁਣਾਤਾ ਆ ਅਤੇ ਮੇਰਾ ਹੋ ਗਿਆ ਆ ਹੁਣ ਆਲਮੋਸਟ ਸਾਰਾ ਸਿਲੇਬਸ ਕੰਪਲੀਟ ਹੈ ਨਾ ਹਾਂਜੀ ਆਲਮੋਸਟ ਹੋ ਗਿਆ ਆ ਵੈਸੇ ਮੇਰਾ ਕੱਲ ਮਤਲਬ ਓਰਲ ਆ ਹੈ ਨਾ SSC ਦਾ ਜਿਹੜੇ ਯੂਨਿਟ ਟੈਸਟ ਨਹੀਂ ਹੁੰਦੇ ਕਾਈਂਡ ਆਫ ਯਾਰ ਦਿਖਾਓ ਵਾਓ ਅੱਜ ਦੇਖ ਹੈ ਕਿਹੜੀ ਸਬਜ਼ੀ ਬੜੀਆਂ ਦੀ ਮੋਟੀਆਂ ਵਾਲੀਆਂ ਬੜੀ ਮਾਂ ਦੀ ਬੜੀ ਮਾਂ ਦੀ ਬੜੀ ਮੇਰੀ ਮਾਂ ਦੀ ਬੜੀ ਮੇਰੀ ਮਾਂ ਨੇ ਬਣਾਈ ਬੜੀ ਇਹ ਨਹੀਂ ਪਤਾ ਹੁਣ ਇਹਦੇ ਵਿੱਚ ਲੂਣ ਮਿਰਚ ਕਿੱਦਾਂ ਸੀ ਅੱਛੀ ਚਲੋ ਤੇ ਹੁਣ ਕੀ ਕਰਨਾ ਫਿਰ ਮੈਂ ਤੁਹਾਡੇ ਡਰਾਇੰਗ ਰੂਮ 'ਚ ਬੈਠੀ ਹਾਂ ਆਪਾਂ ਨਹੀਂ ਜੀ ਚੱਲ ਬੇ ਇੱਕ ਮਿੰਟ ਆਉਂਦੇ ਹਾਂ ਬੈਠੀਏ ਚਲੋ ਪਾਪਾ ਆ ਗਏ ਬਟ ਹੈਗੀ ਦਾਦੀ ਆ ਦਾਦੀ ਕੀ ਕਰਦੇ ਹੋ ਮੌਸਮ ਸ਼ੌਸਮ ਦਾ ਰਿਹਾ ਥੋੜੇ ਡਰਾਇੰਗ ਰੂਮ 'ਚ ਬਹਿੰਦੇ ਆ ਯਾਰ ਬਾਅਦ ਚ ਕਰ ਲਿਓ ਬਹਿੰਦੇ ਥੋੜੇ ਦੇਰ ਟੀਵੀ ਲਾ ਲੈਂਦੇ ਆ ਟੀਵੀ ਲਾ ਲੈਂਦੇ ਲੱਗ ਜਾਣਾ ਆ ਚਲੋ ਲਾਓ ਫਿਰ ਚਲੋ ਫਿਰ ਟੀਵੀ ਦੇਖਦੇ ਅੱਜ ਟੀਵੀ ਦੇਖਦੇ ਆਪਾਂ ਅੱਜ ਬਹਿ ਕੇ ਆਪਣੇ ਡਰਾਇੰਗ ਰੂਮ 'ਚ ਵੈਸੇ ਵੀ ਹੁਣ ਗਰਮੀਆਂ ਆ ਗਈਆਂ ਆ ਹੁਣ ਆਪਾਂ ਆਲਮੋਸਟ ਉੱਥੇ ਬੈਠਿਆ ਕਰਨਾ ਹੈਨਾ ਮੰਮੀ ਹੈ ਗਰਮੀਆਂ ਆ ਗਈਆਂ ਹੁਣ ਆਪਾਂ ਡਰਾਇੰਗ ਰੂਮ 'ਚ ਬੈਠਿਆ ਕਰਨਾ ਮੰਮੀ ਤਾਂ ਆਪਣੀ ਮਸ਼ੀਨ ਨੂੰ ਡਰਾਇੰਗ ਰੂਮ 'ਚ ਲੈ ਜਾਂਦੀ ਆ ਚੱਕ ਲੈਣਾ ਸਾਫ ਸੁਫ ਕਰ ਦੇਣਾ ਆਪਣਾ ਟੇਬਲ ਪੂਰੀ ਗਰਮੀਆਂ ਬਹੁਤ ਵਧੀਆ ਰਹਿੰਦਾ ਆਪਣਾ ਹੈਨਾ ਮੰਮੀ ਕਰਾਓ ਕਰਾਓ ਦਾਦੀ ਰਿਐਕਸ਼ਨ ਮੇਰੀ ਕਰੋ ਟੇਸਟ ਫਿਰ ਯੈਸ ਗਰਮ ਤਾਂ ਹੋ ਗਈ ਹੋ ਗਈ ਤਾਂ ਠੰਡੀ ਕਰੋ ਹਰਮਨ ਕੀ ਕਰਦਾ ਕੰਮ ਨਹੀਂ ਨਾ ਹੋਰ ਕੋਈ ਵੀ ਬਿੱਲ ਦਾਦੀ ਦੱਸੋ ਖਾ ਗਿਆ ਰਿਐਕਸ਼ਨ ਸਾਨੂੰ ਮੰਮੀ ਨੇ ਸਭ ਤੋਂ ਦਾਦੀ ਦਾ ਮੂੰਹ ਦਾਦੀ ਦੀ ਸਵਾਦ ਨਹੀਂ ਲੱਗੀ ਗਾਇਸ ਲੜਾਈ ਕਰਾ ਉਦੋਂ ਤਾਂ ਸੱਸ ਨੂੰ ਉਹਦੀ ਕਦੇ ਲੜਦੀਆਂ ਨਹੀਂ ਹੈਗੀਆਂ ਕਦੇ ਯਾਰ ਹੁਣ ਮੰਮੀ ਫਿਰ ਪਾਪਾ ਆਊਗੇ ਫਿਰ ਦਿਖਾ ਕੇ ਆਪਾਂ ਵਲੌਗ ਜਿਹਾ ਕਰਦੇ ਐਂਡ ਹੈਨਾ ਪਾਪਾ ਆਊਗੇ ਫਿਰ ਕਰਦੇ ਹਨਾ ਪਾਪਾ ਕਰਦੇ ਸਾਡੇ ਵਲੌਗ ਐਂਡ ਹਾਂਜੀ ਪਲਕ ਲੱਗੀ ਆ ਡਰਾਇੰਗ ਵਿੱਚ ਬੈਠ ਕੇ ਪਾਪਾ ਨਾਲ ਗੱਲਾਂ ਕਰਨ ਦੇਖਦੇ ਆ ਕੀ ਕਹਿੰਦੀ ਕੀ ਮੰਗਵਾਉਣਾ ਆ ਪਾਪਾ ਤੋਂ ਚਲੋ ਦੇਖਦੇ ਆ ਕੀ ਲੈਣਾ ਹੁਣ ਪਾਪਾ ਤੋਂ ਕੀ ਕਹਿੰਦੇ ਭਾਈ ਉਹ ਕੀ ਚਾਹੀਦਾ ਕੀ ਲੈਣਾ ਪਾਪਾ ਤੋਂ ਚਿਪਸ ਲੈਣਾ ਪਾਪਾ ਵਲੌਗ ਬਣਦਾ ਪਿਆ ਆ ਪੁੱਛ ਦੋ ਕਦੋਂ ਆਣਾ ਪਾਪਾ ਨੇ ਆਹ ਮੰਮਾ ਕਹਿੰਦੇ ਕਦੋਂ ਆਣਾ ਚਲੋ ਠੀਕ ਆ ਫਿਰ ਚਲੋ ਓਕੇ ਆਪਾਂ ਆਣ ਲੱਗੇ ਫੋਨ ਕਰਿਓ ਓਕੇ 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 ਚੱਲ ਆ ਜਾ ਬਾਹਰ ਆ ਜਾ
ਮੈਂ ਕਿਹਾ ਹਾਂ ਸਾਲ ਕੇ ਦਊਂਗੇ ਮੈਨੂੰ ਖਾਰ ਪੀਣ ਨਾ ਨਿਆਣੇ ਇੱਦੇ ਕਰਦੇ ਹੁੰਦੇ ਬੱਚੇ ਛੋਟੇ ਮੇਰੇ ਇਹਨਾਂ ਦੇ ਪਛਤਾਉਣ ਵਾਲੇ ਆ ਕੋਈ ਨੀ ਵੇਖੀ ਹੋ ਗਿਆ ਤੁਸੀਂ ਕੱਟ ਕੇ ਰੱਖਿਓ ਮੇਰੇ ਦੇਖਿਓ ਇੱਥੇ ਵੀ ਮੱਛਰ ਲੜ ਗਿਆ ਹੋ ਗਿਆ 9 ਵੱਜ ਚੁੱਕੇ ਆ ਤੇ ਪਾਪਾ ਵੀ ਆ ਚੁੱਕੇ ਨੇ ਅਸੀਂ ਖਾਣ ਲੱਗੇ ਆ ਰੋਟੀ ਮੈਂ ਨਹੀਂ ਖਾਣੀ ਅੱਜ ਮੈਂ ਮੰਨ ਨਹੀਂ ਗਈ ਇੰਡੀਆ ਨਾਲ ਇੰਡੀਆ ਪਾਪਾ ਦੇ ਫੇਵਰੇਟ ਆਏ ਪਿਆ ਆ ਆ ਗਿੰਡੇ ਆ ਨਹੀਂ ਨਹੀਂ ਹੋਰ ਹੋਣੇ ਆ ਪਾਪਾ ਦਾ ਫੇਵਰੇਟ ਆ ਨਾ ਟਿੰਡੇ ਫੇਵਰੇਟ ਆ ਲੋਕ ਜੇ ਮੰਮਾ ਦਿਖਾਈਏ ਨਾ ਪਹਿਲੇ ਡਿੱਗਣ ਲੱਗੀ ਸੀ ਪਾ ਮੰਮੀ ਤਾਂ ਬੜੇ ਸਬਜ਼ੀ ਬਣਾਈ ਤੁਸੀਂ ਬੜਿਆ ਨਹੀਂ ਖਾਣ ਦੇ ਯਾਰ ਮੈਨੂੰ ਟਿੰਡੇ ਜ਼ਿਆਦਾ ਸਵਾਦ ਲੱਗਦੇ ਮੰਮੀ ਕੀ ਕਰਦੇ ਹੋ ਬੜਿਆਂ ਦੀ ਥੋੜੇ ਵੱਡਿਆਂ ਦੀ ਨਹੀਂ ਵੱਡਿਆਂ ਦੀ ਬਣਾਈ ਵੱਡਿਆਂ ਦੀ ਇੱਕ ਵਾਰ ਸਬਜ਼ੀ ਦਿਖਾਤੀ ਸੀ ਨਾ ਆਪਾਂ ਹਾਂ ਦਿਖਾਤੀ ਸਬਜ਼ੀ ਹਣਾ ਹੁਣ ਰੋਟੀ ਰੋਟੀ ਬਣਾਉਣ ਦੇ ਆ ਤੇ ਆਪਾਂ ਕਰੋ ਫਿਰ ਵਲੌਗ ਦਾ ਐਂਡ ਮਮਾ ਹੋਰ ਆ ਜਾਣ ਰੋਟੀ ਖਾਣਾ ਮੈਂ ਹਾਂ ਤੇ ਮੰਮੀ ਕਰਦੇ ਵਲੌਗ ਦਾ ਐਂਡ ਅੱਜ ਫਿਰ ਹਾਂਜੀ ਲੋ ਜੀ ਕਰਦੇ ਆ ਜੀ ਇੱਥੇ ਹੀ ਵਲੌਗ ਦਾ ਐਂਡ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਏ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਬੈਲ ਆਈਕਨ ਨੂੰ ਵੀ ਜ਼ਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਤੁਹਾਨੂੰ ਨੋਟੀਫਿਕੇਸ਼ਨ ਜ਼ਰੂਰ ਸ਼ੋਅ ਹੋਵੇ ਥੈਂਕ ਯੂ